तेरे द्वारे दा
मेरा नाम ऊपर तेरे द्वारे का मैं ऊपर तेरे द्वारे का मुतिया मेरा नाम ऊपर तेरे द्वारे का मैं ऊपर तेरे द्वारे का तेरे द्वारे का मैं ऊपर तेरे द्वारे का ऊपर तेरे द्वारे का मैं ऊपर तेरे द्वारे का कबीर ऊपर राम को मोतिया मेरा नाम गले हमारे जेतरी जाके चेतन जाओ। परम गुरु रूप सर्वसा संग जियो। जो भी माई भाई आप सारे दसा पातशाह दी जोत शब्द अवतार धन धन साहिब श्री गुरु ग्रंथ साहिब महाराज दी पवित्र हजूरी विच अमृत वेले तो लैके संगतां दूर दरेडे तो आके अपने हरी जस कीर्तन दा लाभ उठा रहे सी। बेअंत सेवावां कीतियां ने जो कि भावें गर्मी दे दिन ने सो इहदे विच रात नेरी आउण करके टेंट भी काफ़ी जिहड़ा सी हिल गया वह भी दुपहरे 12 बजे तक ठीक होया। नाल जो जिन्हें भी जथेबंदियां संप्रदावां दे महापुरख आए सारे ने कुछ समा हायरियां भरिया ने जो इन्ने समय तो सरोवर की सेवा चल रही सी। भावें सेवा जे काफ़ी रहिंदी है बाहरली सैड तो सो इशनान करन दा जिथे जल दा कम है वह सारा तैयार हो गया। अज दे दिन ਉਹਦਾ ਉਦਘਾਟਨ ਕੀਤਾ ਸੀ ਸੋ ਇਹ ਜਿਹੜਾ ਪ੍ਰੋਗਰਾਮ ਸੀ 15 ਭਗਤਾਂ ਨੂੰ ਸਮਰਪਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਦੀ ਵਾਪਤ ਗੁਰਬਾਣੀ ਵਿੱਚ ਇਉਂ ਵੀ ਮਾਂ ਅਤੇ ਪੁੱਤਰ ਵਾਲਾ ਪਿਆਰ ਭਗਤਾਂ ਦਾ ਅਤੇ ਪਰਮਾਤਮਾ ਦਾ ਜਣਾਇਆ ਹੈ। ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਮਾਮਾ ਨੂੰ ਨੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ ਹਾਂ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਮਾਮਾ ਨੂੰ ਨੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਮਾਮਾ ਨੂੰ ਨੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਪਿਆਰੇ ਜੀ ਭਗਤ ਪਿਆਰੇ ਰੱਬ ਨੂੰ ਪਿਆਰੇ ਜੀ ਭਗਤ ਪਿਆਰੇ ਰੱਬ ਨੂੰ ਹਰੇ ਜੀ ਭਗਤ ਪਿਆਰੇ
भगत प्यारे रब नो प्यार जी भगत प्यारे रब नो प्यार जी भगत प्यारे रब नो प्यारे जी भगत प्यारे रब ਜਿਵੇਂ ਮਾਮਾ ਨੂੰ ਮੈਂ ਪੁੱਤਰ ਪਿਆਰੇ ਹਾਂ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਮਾ ਨੂੰ ਮੈਂ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਮਾ ਨੂੰ ਮੈਂ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਨਾਲ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਜਿਵੇਂ ਪੁੱਤਰ ਅਤੇ ਮਾਤਾ ਦਾ ਆਪਸ ਵਿੱਚ ਪਿਆਰ ਹੁੰਦਾ ਹੈ ਐਸੇ ਤਰ੍ਹਾਂ ਹੀ ਪਰਮਾਤਮਾ ਦਾ ਆਪਣੇ ਭਗਤਾਂ ਨਾਲ ਪਿਆਰ ਹੁੰਦਾ ਹੈ ਉਹਦੇ ਹਰ ਕਾਰਜ ਸਵਾਰਦਾ ਹੈ ਭਗਤੀ ਕਰਨੀ ਔਖੀ ਹੈ ਨਾਮਦੇਵ ਨੂੰ ਗੁਮਾਂਡਣ ਨੇ ਪੁੱਛਿਆ ਸੀ ਅਤੇ ਉਹਨੇ ਵੀ ਕਿਹਾ ਸੀ ਲੋਕ ਕੁਟੰਬ ਸਭੂ 'ਤੇ ਤੋੜੈ ਤੋ ਆਪਨ ਵੇਡੀ ਆਵੇ ਹੋ ਕਹਿੰਦੇ ਪਹਿਲਾਂ ਇਹਨੂੰ ਲੋਕਾਂ ਦੇ ਸੰਬੰਧ ਟੁੱਟਦੇ ਨੇ ਘਰ ਦੇ ਪਰਿਵਾਰ ਦੇ ਵਿੱਚੋਂ ਵੀ ਗਾਲਾਂ ਪੈਂਦੀਆਂ ਨੇ ਆਸਤੇ ਆਸਤੇ ਫਿਰ ਜਦੋਂ ਇਹ ਭਗਤੀ ਕਰਦਾ ਰਹਿੰਦਾ ਹੈ ਇਹਦੀ ਅਟੈਚਮੈਂਟ ਪਰਮਾਤਮਾ ਦੇ ਨਾਮ ਦੇ ਵਿੱਚ ਵੱਧਦੀ ਹੈ ਕਿਉਂਕਿ ਜਦੋਂ ਅਸੀਂ ਨਾਮ ਜਪਦੇ ਹਾਂ ਨਾਮ ਜਪਣ ਦੇ ਵਿੱਚ ਨੌ ਪ੍ਰਕਾਰ ਦੀ ਭਗਤੀ ਆਉਂਦੀ ਹੈ ਪਹਿਲਾਂ ਸਰਵਣ ਭਗਤੀ ਹੈ ਫਿਰ ਕੀਰਤਨ ਭਗਤੀ ਹੈ ਸਿਮਰਨ ਭਗਤੀ ਹੈ ਫਿਰ ਇਸੇ ਤਰ੍ਹਾਂ ਹੀ ਇਹਨੇ ਇਹ ਸਾਰੀਆਂ ਚੀਜ਼ਾਂ ਸਮੇਂ ਸਮੇਂ ਸਿਰ ਨਾਲ ਜੋੜ ਕੇ ਜਦੋਂ ਇਹਦਾ ਮਜੂਮ ਇਕੱਠਾ ਹੋ ਜਾਂਦਾ ਹੈ ਪੂਰਾ ਪਿਆਰ ਬਣਦਾ ਹੈ ਆਪਦਾ ਸਮਾਂ ਸਾਰਾ ਉੱਧਰ ਮਹਿਸੂਸ ਹੁੰਦਾ ਹੈ ਰੱਬ ਨਾਲ ਇੱਕ ਸੱਚੇ ਮਿੱਤਰਤਾ ਦੀ ਤਰ੍ਹਾਂ ਇਹਦਾ ਸੰਬੰਧ ਜੁੜ ਜਾਂਦਾ ਹੈ ਉਸ ਵੇਲੇ ਨੂੰ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਮਾਣ ਕਰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਨ ਜਿਹੜਾ ਹੈ ਇਹ ਧਿਆਨ ਲਾ ਕੇ ਕੀਤਾ ਜਾਂਦਾ ਹੈ ਜਾਪ ਜਿਹੜਾ ਹੁੰਦਾ ਹੈ ਬੋਲ ਬੋਲ ਕੇ ਕੀਤਾ ਜਾਂਦਾ ਹੈ ਧਿਆਨ ਜਿਹੜਾ ਹੁੰਦਾ ਹੈ ਚਿਤਵਿਰਤੀ ਨੂੰ ਰੋਕਣ ਦਾ ਨਾਮ ਕਹਿੰਦੇ ਨੇ ਧਿਆਨ ਦਾ ਮਤਲਬ ਹੈ ਜਿਵੇਂ ਮੂੰਹ ਤੋਂ ਵੀ ਜੇ ਵਾਹਿਗੁਰੂ ਕਹਿੰਦੇ ਹਾਂ ਜਿੱਥੋਂ ਫੁਰਨੇ ਦੀ ਉਤਪਤੀ ਹੁੰਦੀ ਹੈ ਉਸ ਜਗ੍ਹਾ ਤੋਂ ਬੋਲਣ ਦੀ ਕੋਸ਼ਿਸ਼ ਕਰੋ ਜਦੋਂ ਉੱਥੇ ਪਰਮਾਤਮਾ ਦਾ ਨਾਮ ਨਿਵਾਸ ਰੱਖਦਾ ਹੈ ਤਾਂ ਜਿਹੜਾ ਵੀ ਸਾਡੇ ਜਿੰਨਾ ਖਾਧਾ ਪੀਤਾ ਹੁੰਦਾ ਜਿੰਨੇ ਰੋਮ ਨੇ ਜਿੰਨੀ ਆਕਸੀਜਨ ਬੋਡੀ 'ਚ ਜਾਂਦੀ ਹੈ ਉਹ ਪਵਿੱਤਰ ਹੋ ਜਾਂਦੀ ਹੈ ਜਿਉਂ ਜਿਉਂ ਇਸ ਸਰੀਰ ਰੂਪੀ ਘਰ ਦੇ ਵਿੱਚ ਪਵਿੱਤਰਤਾ ਵਧੇਗੀ ਤਿਉਂ ਤਿਉਂ ਇਹਨੂੰ ਹੋਰ ਪ੍ਰਭੂ ਦੇ ਨਾਮ ਦੇ ਵਿੱਚ ਆਨੰਦ ਆਵੇਗਾ ਜਿੰਨਾ ਟਾਈਮ ਪਵਿੱਤਰਤਾ ਵਧੀ ਨਹੀਂ ਹੈ ਉਨਾ ਟਾਈਮ ਕਦੇ ਆਸਣ 'ਤੇ ਬਹਿੰਦਾ ਨੀਂਦ ਆ ਜਾਂਦੀ ਹੈ ਕਦੇ ਉੱਠਣ ਨੂੰ ਜੀ ਨਹੀਂ ਕਰਦਾ ਕਦੇ ਕੋਈ ਸਰੀਰ ਦੇ ਵਿੱਚ ਦਰਦ ਹੋਣ ਲੱਗ ਗਏ ਕਿਉਂਕਿ ਅੰਦਰ ਨਾਮ ਉਸ ਜਗ੍ਹਾ ਨਹੀਂ ਗਿਆ ਅਜੇ ਜੀਭ 'ਤੇ ਹੈ ਜੀਭ ਤੋਂ ਜਿਉਂ ਜਿਉਂ ਅੰਦਰ ਜਾਵੇਗਾ ਤਿਉਂ ਤੋਂ ਆਪਣੀ ਤਾਕਤ ਜਿਹੜੀ ਹੈ ਇਸ ਹਿਰਦੇ ਵਿੱਚ ਪ੍ਰਵੇਸ਼ ਕਰਦੇ ਜਾਂਦੇ ਨੇ ਪ੍ਰਵੇਸ਼ ਜਿਹੜਾ ਨਾਮ ਹੈ ਇਹਦੇ ਅੰਦਰ ਹੀ ਹੈ ਕੋਈ ਬਾਹਰ ਨਹੀਂ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਜਿਹੜਾ ਨੌ ਨਿਧੀਆਂ ਦਾਤਾ ਹੈ ਵਾਹਿਗੁਰੂ ਦਾ ਨਾਮ ਉਹ ਇਹਦੇ
ਹਿਰਦੇ ਵਿੱਚ ਹੀ ਹੈ। ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੋਈ ਵੀ ਇਨਸਾਨ ਹੈ, ਹਰ ਇੱਕ ਦੇ ਹਿਰਦੇ 'ਚ ਨਾਮ ਹੈ। ਪਰ ਉਹ ਜਿਵੇਂ ਧਰਤੀ 'ਚ ਪਾਣੀ ਹੈ, ਪਾਣੀ ਲੈਣ ਵਾਸਤੇ ਇਹਨੂੰ ਉੱਦਮ ਕਰਨਾ ਪੈਂਦਾ ਹੈ, ਇਸੇ ਤਰ੍ਹਾਂ ਹੀ ਇਸ ਨੂੰ ਵੀ ਵਾਹਿਗੁਰੂ ਦਾ ਨਾਮ, ਉਹ ਜਿਹੜੇ ਸੰਤ ਮਹਾਂਪੁਰਸ਼ ਭਗਤਾਂ ਜਿਨ੍ਹਾਂ ਦੀ ਸੰਗਤ ਕਰਕੇ ਇਹਨੂੰ ਉਸ ਨਾਮ ਦੇ ਨਾਲ ਜੁੜਨਾ ਪੈਂਦਾ ਹੈ। ਸੋ ਇਸੇ ਤਰ੍ਹਾਂ ਹੀ ਗੁਰੂ ਜੀ ਇਹਨੂੰ ਵਾਰ ਵਾਰ ਪ੍ਰੇਰਨਾ ਦਿੰਦੇ ਨੇ ਵੀ ਸੰਗਤ ਇਹਨੂੰ ਜ਼ਰੂਰੀ ਹੈ। ਜੇ ਇਹੋ ਜਿਹੇ ਮਹਾਂਪੁਰਸ਼ ਸੰਤਾਂ ਭਗਤਾਂ ਦੀ ਸੰਗਤ ਮਿਲ ਜਾਵੇ ਤਾਂ ਇਹਦਾ ਜੀਵਨ ਸੁਧਰ ਜਾਂਦਾ ਹੈ। ਕਈ ਲੋਕਾਂ ਦਾ ਹੁੰਦਾ ਬਗੈਰ ਫਜ਼ੂਲ ਵਿਰੋਧ ਤਾਂ ਕਰਦੇ ਰਹਿੰਦੇ ਨੇ, ਮਤਲਬ ਸੰਤਾਂ ਨਾਲ ਵੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਸੇ ਨਾਲ, ਭਗਤਾਂ ਨਾਲ ਵੀ, ਉਹਨਾਂ ਨਾਲ ਵੀ ਉਹ ਖਹੀ ਜਾਂਦੇ ਨੇ। ਸਿਰਫ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਇਹਨਾਂ ਦੀ ਕੋਈ ਉਸਤਤ ਨਾ ਕਰੇ, ਇਸ ਚੀਜ਼ ਨੂੰ ਲੈ ਕੇ ਉਹ ਨਾਲ ਖਹਿਣ ਲੱਗ ਜਾਂਦੇ ਨੇ। ਪਰ ਗੁਰਬਾਣੀ ਦਾ ਫਰਮਾਨ ਕੀ ਹੈ? ਗੁਰਬਾਣੀ ਕਹਿੰਦੇ ਵੀ ਇਹਨਾਂ ਨੂੰ ਜਨਮ ਮਰਨ ਦਾ ਦੁੱਖ ਅੱਗੇ ਜਾ ਕੇ ਮਿਲਣਾ, ਜਿਹਦਾ ਮਾਤਾ ਦੇ ਗਰਭ ਦੇ ਵਿੱਚ ਹੀ ਇਹੋ ਜਿਹੀਆਂ ਆਤਮਾ ਮਰ ਕੇ ਜਨਮ ਲੈਂਦੀਆਂ ਨੇ ਜਿਨ੍ਹਾਂ ਨੂੰ ਇਹ ਦੋਸ਼ ਲੱਗ ਜਾਂਦੇ ਨੇ। ਤਦੇ ਗੁਰੂ ਜੀ ਗੁਰਬਾਣੀ 'ਚ ਇਉਂ ਫਰਮਾਨ ਕਰਦੇ ਨੇ, ਸੰਤਾਂ ਨਾਲ ਬੈਰ ਕਮਾਉਂਦੇ, ਭਗਤਾਂ ਨਾਲ ਬੈਰ ਕਮਾਉਂਦੇ, ਸੰਤਾਂ ਨਾਲ ਬੈਰ ਕਮਾਉਂਦੇ, ਭਗਤਾਂ ਨਾਲ ਬੈਰ ਕਮਾਉਂਦੇ, ਨਾਲ ਬੈਰ ਕਮਾਉਂਦੇ, ਭਗਤਾਂ ਨਾਲ ਬੈਰ ਕਮਾਉਂਦੇ। ਦੁਸ਼ਟਾਂ ਨਾਲ ਮੋਹ ਪਿਆਰ, ਸੰਤਾਂ ਨਾਲ ਬੈਰ ਕਮਾਉਂਦੇ, ਭਗਤਾਂ ਨਾਲ ਬੈਰ ਕਮਾਉਂਦੇ, ਨਾਲ ਮੋਹ ਪਿਆਰ, ਸੰਤਾਂ ਨਾਲ ਬੈਰ ਕਮਾਉਂਦੇ, ਭਗਤਾਂ ਨਾਲ ਬੈਰ ਕਮਾਉਂਦੇ। ਦੁਸ਼ਟਾਂ ਨਾਲ ਮੋਹ ਪਿਆਰ, ਨਾਲ ਬੈਰ ਕਮਾਉਂਦੇ, ਭਗਤਾਂ ਨਾਲ ਬੈਰ ਕਮਾਉਂਦੇ, ਨਾਲ ਮੋਹ ਪਿਆਰ, ਨਾਲ ਬੈਰ ਕਮਾਉਂਦੇ, ਭਗਤਾਂ ਨਾਲ ਬੈਰ ਕਮਾਉਂਦੇ। ਸੰਤਾਂ ਨਾਲ ਬੈਰ ਕਮਾਉਂਦੇ, ਬੈਰ ਕਮਾਉਂਦੇ, ਸੰਤਾਂ ਨਾਲ ਬੈਰ ਕਮਾਉਂਦੇ, ਭਗਤਾਂ ਨਾਲ ਬੈਰ ਕਮਾਉਂਦੇ। ਸੰਤਾਂ ਨਾਲ ਬੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਆਗੇ ਪਾਛੇ ਸੁੱਖ ਨਹੀਂ ਮਰ ਜੰਮੈ ਬਾਰੋ ਵਾਰ। ਜੰਮਣ ਅਤੇ ਮਰਨਾ ਵੀ ਇੱਕ ਦੁੱਖ ਹੈ। ਇਹ ਜਿਹੜੀ ਜੀਵ ਆਤਮਾ ਵਾਰ ਵਾਰ ਸਰੀਰ ਧਾਰਦੀ ਹੈ ਕਰਮਾਂ ਅਨੁਸਾਰ, ਕੋਈ ਗਰੀਬੀ 'ਚ, ਕੋਈ ਅਮੀਰੀ 'ਚ, ਕੋਈ ਕਿਸੇ ਜੂਨੀ ਵਿੱਚ, ਕੋਈ ਕਿਸੇ ਜੂਨੀ ਵਿੱਚ, ਉਹਨਾਂ ਨੂੰ ਕਈ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਖਿਆਲ ਲੈ ਕੇ ਆਓ, ਜਿਵੇਂ ਭਗਤ ਕਬੀਰ ਜੀ ਦੀ ਮਾਤਾ ਕਹਿੰਦੀ ਹੈ, ਸੁਣੋ ਜਠਾਨੀ ਸੁਣੋ ਦਰਾਨੀ, ਅਚਰਜ ਏਕ ਭਇਓ। ਵੀ ਸਾਡੇ ਗੁਆਂਢੀਆਂ ਦੇ ਆਸ ਪਾਸ ਜਾ ਕੇ ਕਹਿੰਦੀ ਹੈ ਵੀ ਇਹੋ ਜਿਹੀ ਅਸਚਰਜ ਗੱਲ ਹੈ, ਜਿਹੜਾ ਇਹ ਮੇਰਾ ਮੁੰਡਾ, ਇਹਨੇ ਜਦ ਤੋਂ ਮਾਲਾ ਫੜ ਲਈ, ਰੱਬ ਦਾ ਨਾਂ ਲੈਂਦਾ ਹੈ, ਉਸ ਸਮੇਂ ਤੋਂ ਸਾਡੇ ਘਰ ਦੇ ਵਿੱਚ ਸੁੱਖ ਨਹੀਂ ਹੈ, ਕਿਉਂਕਿ ਘਰ ਦੇ ਵਿੱਚ ਕੁਟੰਬ ਲੋਕ ਕੁਟੰਬ ਸਭੋਂ 'ਤੇ ਤੁਰੇ। ਭਾਵ ਭਗਤ ਕਬੀਰ ਜੀ ਦੇ ਮਗਰ ਮਾਤਾ ਬੜੀ ਉਹਦੀ ਨਿੰਦਿਆ ਕਰਦੀ ਹੈ, ਪਰ ਭਗਤ ਕਬੀਰ ਜੀ ਕਹਿੰਦੇ ਕੋਈ ਸਮਾਂ ਆਇਆ, ਉਸ ਸਮੇਂ 'ਤੇ ਆ ਕੇ ਜਿਹੜੀ ਮਾਤਾ ਨੂੰ ਵੀ ਪਛਤਾਉਣਾ ਪਿਆ, ਇਹ ਨਹੀਂ ਪਤਾ ਲੱਗਿਆ ਵੀ ਇਹ ਰੱਬ ਆ ਕਿ ਕਬੀਰ ਹੈ। ਉਹਨੂੰ ਇਹ ਨਹੀਂ ਪਤਾ ਚੱਲਦਾ ਸੀ ਮੇਰੇ ਘਰ ਦੇ ਵਿੱਚ ਮੇਰਾ ਪੁੱਤਰ ਫਿਰਦਾ ਕਿ ਰੱਬ ਫਿਰਦਾ। ਇਸ ਚੀਜ਼ ਦੇ ਵਿੱਚ ਉਹਨੂੰ ਬੜਾ ਦੁੱਖ ਹੁੰਦਾ ਸੀ।
बाद दे विच उहनूं रोणा पिया मुस मुस रोवे कबीर की माई उदों रोई है जदों इन्हां चीज़ां दा उहनूं आस्ते आस्ते आसार होया। भगत कबीर जी आप जी बनारस रहिंदे ने, सो उस जगह ते जदों रहिंदे इहदा कपड़े बुण दा कम करदे ने, क्योंकि साहिब श्री गुरु अर्जन देव महाराज कहिंदे ने गोविंद 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 संग नाम देव मल्लेना आड़दाम को सी प्रो होयो लखेना बुनना तन्ना त्याग के प्री चरण कबीरा नीच कुला जावलारा भयो गुनी गहीरा। कपड़े बुण दा कम करदा है, सो कम करदे नू तीन दिन रह गए। माँ नू फिक्र हुंदा है, माँ ने सोचिया कहन लगी बेटा घर दे विच तीन दिन लड़की दे कमाली दे व्याह नू रह गए, तो आ पट्टिया कपड़ा पाई फिरदा कोई संभाला। उस वेले भगत कबीर सोचदा है मैं माँ नू किवें दिलासा देवां, माँ नू किवें समझावां, जिहड़े रब दे मैं अज भरोसे दीआं गल्लां करदा सी वी इहनां नू भरोसा किवें देवां वी मेरे कोल तां ना कोई कपड़ा है ना लड़की विआहुण नू कोई पैसा है ना घर दे विच कोई राशन है। सो इतने नू जद इह सारीआं चीज़ां देखीआं कोई चीज़ है नहीं, कबीर मन दे मन विच औखा हो रहा है पछताउंदा है हो रब्बा जिहड़े भरोसे दीआं मैं लोकां कोल गल्लां करदा सी रब ते भरोसा रखो अज मेरे ते आण बणी है। तीन दिन रह गए विआह 'च, किस तरह हुण माँ नूं जवाब देवां। माँ कहिंदी है कबीर तू इस तरह कर, एक मैं तैनूं थान दिन्नी है कपड़े दा, जा शहर दे विच वेच के इहदे कपड़े दा समान लै आ थोड़ा बहुता, जे कोई समार के तू आ कपड़ा जिहड़ा तेरे पाया होया इह वी फटिया होया इहनूं कोई चंगा कपड़ा लै के बनवा के तू आ। कबीर नूं उसदी माता ने कपड़ा दे दित्ता थान। भगत कबीर सोचदा मैं शहर 'च वेच के आउणा, बाहर निकलिया तुरिया जांदा, अजे मन 'च ये विचारां करदा मैनूं किन्ने दा वेचांगा, विआह दे विच किस तरह कारज होवेगा। जतनों अगे एक कोई साधु मिल गया, साधु कहिंदा भाई कबीर दा घर कित्थे है। उहने सोचिआ मैनूं तां सारे इत्थे दे लोक जाणदे ने, साधु वी जाणदे ने कबीर, ये मैनू उल्टा पुछदा कित्थों है भाई तू। कहिंदा मैं बाहरों आया कबीर को जाना है। कहिंदे की लैणा कबीर नूं, उहनूं पता सी वी घरे वग गया, माता ने इहदी वी डंड ला देणी है वी तू आ गया फिर लैण वास्ते, साडे तां पहले ही कुछ नहीं। सो ये जदों कबीर ने सोच के उस वेले कहत, कहिंदे कबीर नूं मिल के की लैणा तैं, कहिंदा मैं कपड़ा लैणा कोई थोड़ा बहुता, अगे मौसम वधिया सर्दी 'च निरवाह हो जाएगा। कबीर ने एक पासे थान रख्या, उन्हें सोचा भी कपड़ा इहनूं चाहीदा कुड़ते वास्ते, कट के उहनूं कबीर ने दे दित्ता। कहिंदा आ लै वी कपड़ा संभाली। कहिण लग्या भी मैं तां कबीर दे घर जाणा, उह देखे भगत कबीर जे घरे जाएगा इहनूं माता ने पै जाणा भई तू इत्थे ही सार भी की गल है। कहिंदा कबीर दा घर दस दे मैनूं कित्थे है। हैरान की दी गल है, कबीर नूं सारे लोग जानदे ने, सारे साधु संत आउंदे ने, पर इह संत किहा जिहा मिलिया मैनूं कबीर दा घर दस दे, कपड़ा भी दे दित्ता। कबीर सोची पै गया भी घर जाएगा तां माता ने इहदी पता नहीं की बोलेगी, ते उत्थे पुछदा कहिंदे तू कबीर तों की लैणा है। ਉਹ ਕਹਿੰਦਾ ਮੈਂ ਖੁੱਲ੍ਹਾ ਕੱਪੜਾ ਲੈਣਾ ਜਿਹੜਾ ਗੁਜ਼ਾਰਾ ਹੋ ਜਾਵੇ ਸਾਰੀਆਂ ਸਰਦੀਆਂ ਮੇਰਾ। ਉਸ ਵੇਲੇ ਭਗਤ ਕਬੀਰ ਕਹਿੰਦਾ ਵੀ ਚੱਲ ਆ ਜਿਹੜਾ ਥਾਨ ਹੈ ਇਹਦੇ ਨਾਲ ਕਿੰਨੇ ਕੁ ਨਾ ਸਰ ਜਾਵੇਗਾ। ਉਹ ਕਹਿੰਦਾ ਜੇ ਸਾਰਾ ਥਾਨ ਦੇ ਦੇਵੇ
ਤਾਂ ਇਹ ਸਾਰੇ ਥਾਨ ਨਾਲ ਮੈਂ ਸਾਰ ਲਵਾਂਗਾ। ਕਿਉਂਕਿ ਜਦੋਂ ਕਸਵੱਟੀ ਲੱਗਦੀ ਹੈ ਨਾ, ਕਸਵੱਟੀ ਹੋਰ ਲੱਗੀ ਜਾਂਦੀ ਹੈ, ਸਿੱਖ ਜੇ ਰਮਝ ਦਾ ਪਤਾ ਲੱਗ ਜਾਵੇ ਵੀ ਰਾਜ ਕੀ ਹੈ ਇਹਦੇ ਵਿੱਚ, ਫਿਰ ਤਾਂ ਹਰੇਕ ਹੀ ਪੇਪਰਾਂ 'ਚ ਪਾਸ ਹੋ ਜਾਵੇ। ਸੋ ਇੱਥੇ ਭਗਤ ਕਬੀਰ ਨੇ ਕੀ ਕੀਤਾ, ਉਸ ਨੂੰ ਸਾਰਾ ਥਾਨ ਦੇ ਦਿੱਤਾ। ਮਨ 'ਚ ਸੋਚੀ ਪੈ ਗਿਆ, ਉਹ ਜਿਹੜਾ ਸੰਤ ਸੀ ਲੈ ਕੇ ਤੁਰ ਗਿਆ। ਕਬੀਰ ਸੋਚਦਾ ਮੇਰੇ ਘਰ ਆਹ ਚੀਜ਼ ਦੀ ਲੋੜ ਹੈ, ਆਹ ਚੀਜ਼ ਦੀ ਲੋੜ ਹੈ, ਵਿਆਹ ਆ ਗਿਆ, ਹੁਣ ਕਿਵੇਂ ਕਰਾਂ, ਕੱਪੜਾ ਦੇ ਵੀ ਪੈਸੇ ਨਹੀਂ ਮਿਲਣੇ, ਕੁਛ ਨਹੀਂ ਹੋਣਾ। ਅਤੇ ਉਸ ਵੇਲੇ ਮਨ 'ਚ ਜੋ ਜੋ ਸੋਚਿਆ ਵੀ ਇੰਨਾ ਸਮਾਨ ਚਾਹੀਦਾ, ਭਗਤ ਕਬੀਰ ਨੇ ਕਿਹਾ ਵੀ ਜਿਹੜਾ ਕੁਛ ਹੁੰਦਾ ਹੋਣ ਦੋ, ਹੁਣ ਜੇ ਘਰ ਜਾਵਾਂਗੇ ਤਾਂ ਵੀ ਛਿੱਤਰ ਪੈਣੇ ਨੇ। ਤਾਂ ਕਰਕੇ ਆਪ ਗੰਗਾ ਜੀ ਵੱਲ ਚਲੇ ਗਏ। ਗੰਗਾ 'ਤੇ ਜਾ ਕੇ ਸਮਾਧੀ ਲਾ ਕੇ ਪਰਮਾਤਮਾ ਦੀ ਯਾਦ 'ਚ ਬੈਠ ਗਏ। ਕਿਉਂਕਿ ਜਿਹੜਾ ਸਾਧੂ ਮਹਾਤਮਾ ਹੁੰਦਾ ਕਿਸੇ ਬੰਦੇ ਦੀ ਓਟ ਨਹੀਂ ਲੈਂਦਾ ਹੁੰਦਾ, ਉਹ ਪਰਮਾਤਮਾ ਦੀ ਓਟ ਲੈਂਦਾ। ਤਦੇ ਉਹ ਵਿਸ਼ਵਾਸ ਕਹਿੰਦੇ ਨੇ ਭਾਈ ਉਹਨਾਂ ਵਰਗਾ ਰੱਖੋ। ਗੁਰ ਕੀ ਪ੍ਰਤੀਤ ਜੀ ਜਿਸ ਤੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਤੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਤੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਤੇ ਮਨ ਵਿੱਚ ਹੈ ਭਾਈ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ। ਮਨ ਵਿੱਚ ਹੈ ਪਾਈ, ਜਿਸ ਦੇ ਮਨ ਵਿੱਚ ਹੈ ਪਾਈ, ਜਿਸ ਦੇ ਮਨ ਵਿੱਚ ਹੈ ਪਾਈ, ਜਿਸ ਦੇ ਮਨ ਵਿੱਚ ਹੈ ਪਾਈ। ਜਿਸੇ ਮਨ ਵਿੱਚ ਹੈ ਬਾਈ, ਜਿਸੇ ਮਨ ਵਿੱਚ ਹੈ ਬਾਈ, ਜਿਸੇ ਮਨ ਵਿੱਚ ਹੈ ਬਾਈ, ਜਿਸੇ ਮਨ ਵਿੱਚ ਹੈ ਬਾਈ। ਪ੍ਰਤੀਤ ਜੀ ਜਿਸੇ ਮਨ ਵਿੱਚ ਹੈ ਪਾਈ, ਗੁਰ ਕੀ ਪ੍ਰਤੀਤ ਜੀ ਜਿਸੇ ਮਨ ਵਿੱਚ ਹੈ ਪਾਈ, ਗੁਰ ਕੀ ਪ੍ਰਤੀਤ ਜੀ ਜਿਸੇ ਮਨ ਵਿੱਚ ਹੈ ਪਾਈ, ਗੁਰ ਕੀ ਪ੍ਰਤੀਤ ਜੀ ਜਿਸੇ ਮਨ ਵਿੱਚ ਹੈ ਪਾਈ। ਜਿਸ ਜਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੇਤ, ਗੁਰੂ 'ਤੇ ਭਰੋਸਾ। ਭਗਤ ਕਬੀਰ ਦਾ ਨਿਸ਼ਚਾ ਹੈ 100%, ਪਰ ਮਨ ਦੇ ਵਿੱਚ ਇਹ ਨਹੀਂ ਦੇਖਿਆ ਵੀ ਮੇਰੇ ਨਾਲ ਘਰ ਦੇ ਲੜਨ ਗਿਆ ਲੋਕਾਂ ਦੇ ਵਿੱਚ ਮੇਰੀ ਉਪਮਾ ਹੋਵੇਗੀ ਜਾਂ ਨਰਾਦਰੀ ਹੋਵੇਗੀ। ਦੋਨਾਂ ਪੱਖਾਂ ਤੋਂ ਪਰੇ ਹੋ ਕੇ ਜਾ ਕੇ ਗੰਗਾ ਦੇ ਕਿਨਾਰੇ ਬੈਠ ਕੇ ਪ੍ਰਭੂ ਦਾ ਧਿਆਨ ਲਾ ਕੇ ਸਿਮਰਨ ਕਰਨ ਲੱਗ ਗਿਆ ਵੀ ਸ਼ਾਦੀ ਆਪ ਹੀ ਹੋ ਜਾਵੇਗੀ, ਜੋ ਕੁਛ ਹੋਵੇਗਾ ਦੇਖੀ ਜਾਵੇਗੀ ਜੀ, ਘਰ ਆਪਾਂ ਜਾਣ ਜੋਗੇ ਹੈ ਨਹੀਂ, ਇੱਥੇ ਬੈਠ ਕੇ ਰੱਬ ਦਾ ਨਾਂ ਲੈਂਦੇ ਹਾਂ। ਬੈਠ ਗਿਆ ਚੌਂਕੜਾ ਮਾਰ ਕੇ। ਉੱਧਰ ਜਿਹੜੇ ਸਾਧੂ ਨੇ ਥਾਨ ਲਿੱਤਾ ਸੀ ਉਹਨੇ ਭਗਤ ਕਬੀਰ ਦਾ ਰੂਪ ਬਣਾ ਲਿਆ। ਜਿੰਨਾ ਸਮਾਨ ਸਾਜੋ ਸਮਾਨ ਚਾਹੀਦਾ ਸੀ ਸਾਰਾ ਲੱਦ ਕੇ ਘਰ ਪਹੁੰਚ ਗਿਆ। ਮਾਂ ਦਰਵਾਜ਼ਾ ਖੋਲ, ਦਰਵਾਜ਼ਾ ਖੁੱਲਿਆ, ਸਮਾਨ 'ਚ ਰੱਖ ਕੇ ਜਿਹੜਾ ਵੀ ਦਾਲ ਸਿੱਧਾ ਸੀ
चक चक के कमरे च रखन लग गए। पुत्र कबीर वो थाल इन्ना महंगा विक गया जिहड़ा इन्ना समान लै? वो कहिंदे हाँ मां, नहीं तू करजा चुकया होना, इन्ने कपड़े अगे वेचने, अगे तो कदे गरीबी उतरी नहीं, अज तेरा गड्ढा भर गया पूरा समान का। वो कहना मां बस अज कोई चंगा व्यापारी मिल गया, उहदे करके उन्हें पैसा चंगा ला दिता, तां करके जिहड़ा ये मां थान जिहड़ा वो चंगा विक गया। इहदे च कोई मां फिर कहिंदी है, मां कहिंदी है कबीर तेरियां गल्लां मैनू कुछ इहो जिहियां लगदियां ने, कोई सही नहीं, तू करजा जरूर चक्किया होना, सारी जिंदगी दे कपड़े बुणदे रहे, अज तक तक समान इन्ना एक थान ना मिलिया नहीं, समान सारा रखिया। सो दूसरे दिन बरात आई, जो कमाली दे ब्याह दी रसम भगत कबीर दा रूप परमात्मा ने धारिया, बरातियां ना मिलनियां कीतियां, सारे बनारस दे लोग आए, जो जो चीज़ां मन च भी नहीं सी वो पदार्थ बन गए, सब नू बरत रहे ने इतने नू। जद बराती रोटी खांदे ने, कबीर ने वो जिहड़ा मां कहिंदी सी वी चोला आपदे वास्ते कपड़ा वधिया समा, जिवें राजां दी पोशाक पाई हुंदी है, भगत कबीर दे अज पोशाक बहुत वधिया पाई है, वो भी देख के मां हैरान रहिंदी है वी कबीर तू आ पोशाक कित्थों संभाली? कहिंदी मां तूं ही कहा सी, जिहड़ा तेरा कहा तां करके मैं वधिया पोशाक संभाली। नहीं ये किन्ने दी आई है? मां ये किन्ने दी नहीं, वह थान दे नाल ही उहनूं महंगे पैसा उहने चंगा दे दिता, वह थान जिहड़ा तैं दिता सी उहदे ही पैसिआं नाल है। इतने नूं जिहड़े बराती रोटी खाण लगे, भगत कबीर दा रूप परमात्मा ने बनाया है, ਤਾਂ ਜੁੱਠੀਆਂ ਪੱਤਲਾਂ ਚੱਕ ਚੱਕ ਕੇ ਬਰਾਤੀਆਂ ਦੀਆਂ ਬਾਹਰ ਸਿੱਟਦਾ। ਉਹਦੀ ਮਾਂ ਨੇ ਬਾਹੋਂ ਫੜਿਆ, ਕਬੀਰ ਤੂੰ ਕਮਲਾ ਹੋਇਆ, ਕਿਸੇ ਹੋਰ ਨੂੰ ਕਹਿ ਦੇ ਜੁੱਠੀਆਂ ਪੱਤਲਾਂ ਚੱਕਣ ਵਾਸਤੇ, ਤੂੰ ਆਪਦੇ ਸਾਰੇ ਰਿਸ਼ਤੇਦਾਰਾਂ ਦੇ ਜੁੱਠੇ ਭਾਂਡੇ ਆਪ ਚੱਕਦਾ। ਪਰ ਉਹਨੂੰ ਕੋਈ ਪਤਾ ਨਹੀਂ ਵੀ ਕੌਣ ਹੈ। ਸਾਰਾ ਕਾਰਜ ਹੋਇਆ, ਸ਼ਾਮਾਂ ਪਈਆਂ, ਸਾਰੇ ਬਰਾਤੀ ਵਿਦਾ ਹੋਏ, ਸ਼ਹਿਰ ਦੇ ਲੋਕ ਉਪਮਾ ਕਰਨ ਲੱਗੇ, ਧੰਨ ਕਬੀਰ ਹੈ, ਧੰਨ ਹੈ ਲੋਈ, ਜਿਨ੍ਹਾਂ ਕੋਲ ਖਜ਼ਾਨਾ ਵੀ ਪੂਰਾ ਹੈ, ਦੱਸਦੇ ਵੀ ਨਹੀਂ ਲੋਕਾਂ ਕੋਲ ਵੀ ਇਹ ਤਾਂ ਗਰੀਬ ਲੋਕ ਨੇ। ਤਦੇ ਭਗਤ ਕਬੀਰ ਨੇ ਕਿਹਾ, ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਿਹਾਰੀ ਇਸ ਜਾਤ ਕੋ ਜਿਨ ਜਪਿਓ ਸਿਰਜਣਹਾਰ। ਕਹਿੰਦੇ ਮੈਂ ਤੁਹਾਨੂੰ ਉਹ ਜਾਣਾ, ਬਲਿਹਾਰ ਜਾਣਾ ਇਸ ਜਾਤ ਤੋਂ, ਜਿਨ੍ਹਾਂ ਦੇ ਨਾਮ ਲੋਕ ਮਜ਼ਾਕ ਕਰਦੇ ਸੀ ਪਰ ਉਹ ਪਰਮਾਤਮਾ ਦਾ ਨਾਮ ਜਪਿਆ, ਬੇਅੰਤ ਬਰਕਤਾਂ ਭਰ ਗਈਆਂ। ਉਸ ਵੇਲੇ ਸ਼ਾਮਾਂ ਪਈਆਂ, ਜਿਹੜਾ ਭਗਤ ਕਬੀਰ ਦਾ ਰੂਪ ਸੀ ਜਾ ਕੇ ਮੰਜੇ 'ਤੇ ਬੈਠ ਗਏ। ਮਾਂ ਫਿਰ ਪਿੱਛੇ ਜੀ, ਮਾਂ ਕਹਿੰਦੀ ਹੈ ਕਬੀਰ ਇਹ ਖਰਚ ਜਿਹੜਾ ਸੀ ਇੰਨਾ ਕੀਤਾ ਵਿਆਹ 'ਤੇ, ਕਿੰਨਾ ਕੁ ਕਰਜ਼ਾ ਚੱਕਿਆ ਮੈਨੂੰ ਸਹੀ ਸਹੀ ਦੱਸ, ਮੇਰਾ ਮਨ ਜਿਹੜਾ ਇਸ ਚੀਜ਼ 'ਤੇ ਤੇਰੀ ਪਤਾ ਲੱਗ ਰਿਹਾ ਵੀ ਕੋਈ ਗੱਲ ਹੈ ਪਿੱਛੇ, ਕਿਉਂਕਿ ਇੰਨਾ ਕੱਪੜਾ ਪੁੱਤਰ ਆਪਾਂ ਅੱਗੇ ਵੇਚਿਆ, ਇੱਕ ਵੱਟੇ ਦੇ ਵਿਆਹ ਇੱਕ ਥਾਨ ਦੇ ਵੱਟੇ ਕਿਵੇਂ ਹੋ ਜਾਵੇਗਾ? ਉਸ ਵੇਲੇ ਜਿਹੜਾ ਉਹ ਕਬੀਰ ਦਾ ਰੂਪ ਧਾਰਿਆ ਹੋਇਆ, ਉਹ ਕਹਿੰਦੇ ਮਾਤਾ ਮੈਨੂੰ ਨੀਂਦ ਆਉਂਦੀ ਹੈ, ਜਿਹੜਾ ਕੁਝ ਪੁੱਛਣਾ ਸਵੇਰੇ ਪੁੱਛ ਲਈ, ਮੈਂ ਤਾਂ ਪੈਣਾ, ਮੈਨੂੰ ਨਾ ਬੁਲਾ। ਉਹਨੇ ਕਾਫੀ ਕਈ ਗੱਲਾਂ ਗੁੱਸੇ 'ਚ ਕਹੀਆਂ ਮਾਤਾ ਨੇ, ਬਈ ਅੱਜ ਤੱਕ ਤਾਂ ਤਾਂ ਕੰਮ ਕੀਤਾ ਨਹੀਂ, ਮੈਨੂੰ ਤੇਰੇ ਕੰਮਾਂ 'ਤੇ ਸ਼ੱਕ ਪੈਂਦੀ ਹੈ, ਤੂੰ ਦੋ ਪੈਸੇ ਜੋੜੇ ਨਹੀਂ ਕਿਸੇ ਵਾਸਤੇ, ਆਪਦੇ ਬੱਚਿਆਂ ਵਾਸਤੇ ਕੁਝ ਰੱਖਿਆ ਨਹੀਂ, ਮੈਨੂੰ ਤਾਂ ਕਰਕੇ ਤੇਰੇ ਕੰਮਾਂ 'ਤੇ ਸ਼ੱਕ ਪੈਂਦੀ ਹੈ, ਬਈ ਕੋਈ ਗੱਲ ਹੈ? ਇੰਨੇ ਕੱਪੜੇ ਨਾਲ ਵਿਆਹ ਕਿਵੇਂ ਹੋ ਜਾਵੇਗਾ? ਕਹਿੰਦੇ ਮਾਤਾ ਮੈਨੂੰ ਜ਼ਿਆਦਾ ਨਾ ਬੁਲਾ, ਜਿਹੜਾ ਕੁਛ ਲੈਣਾ ਤੂੰ ਸਵੇਰੇ ਹਿਸਾਬ ਲੈ ਲਈ, ਪੁੱਛ ਲਈ ਜਿਹੜਾ ਕੋਈ ਪੁੱਛਣਾ। ਸਵੇਰ ਦਾ ਸਮਾਂ ਹੋਇਆ, ਰਾਤ ਨਿਕਲੀ, ਰਾਤ ਨਿਕਲਣ ਦੇ ਨਾਲ ਮਾਤਾ ਆਈ, ਦੇਖਿਆ ਕਬੀਰ ਮੰਜੇ 'ਤੇ ਹੈ ਨਹੀਂ, ਕਬੀਰ
चलो कोई इधर उधर गया होगा, माँ का दिमाग कवीर च है, देखती है दिन चढ़िया भाई, आस पड़ोस पूछती है कबीर नहीं देखा, कबीर नहीं देखा, वह कहने नहीं। मामा नूं आखर पता होंदा है भी मेरा बच्चा जे गुस्से होएगा जाएगा कितने। इस तरह मग जिहड़ी भगत कबीर की माता सी उहनूं यह मन च होया भी मैं रात ज़्यादा बोल गई, ताड़ना ज़्यादा देती, गुस्से विच गल्लां ज़्यादा कह दित्तियां, कबीर गुस्सा कर गया, घर छड़ के चलिया गया। उन्हें जाना कित्थे है, गंगा दे किनारे बैठा होगा, जानी है उत्थे। ता उस वेले भज्जी गई गंगा दे किनारे, गंगा किनारे गोड्यां च सिर दे बैठा कबीर बैठा, कबीर तू उत्तर इत्थे बैठा है, मेरिया गल्लां दा गुस्सा कर गया ना, मां मैं नहीं गुस्सा किया। फिर ब्याह बथेरा वधिया हो गया, पिंड दे सारे लोग खुश ने, कहिंदे कबीर कहिंदा ब्याह हो गया, वो कहिंदे हाँ हो गया, तैनू सारा पता मेरे तो पुछदे, वो कहिंदा किने किया, वो कहिंदे तैं ही तां किया, मैं पुत्तर जे तैनू कोई वध घट गल्लां बोल गई तां मैं तेरे तों माफ़ी मंगदी हाँ, चल घर नूं चलीए। वो कहिंदा कबीर कहिंदा मैं तां गया नहीं, मैं तां तीन दिन हो गए इत्थे बैठे नूं, भी मेरे को जो कुछ है ही नहीं, मैं घरे ब्याह कहते ना करना। उस कहनी नहीं नहीं, उस वेले उहदे कुर्ते नूं फड़ के हलूलण लगी, कहनी जुट्ठियां पत्तलां चकदा मैं तैनूं रोकिया नहीं, हुण भुल भी गया नहीं छेती, सारे काम करके भुल भी गया। कबीर उठ के खड़ा हो गया, घर नूं चल पिया, जाके देखिया बाह दा माहौल, आस पड़ोस दे लोग बड़ा प्यार दिंदे ने, कबीर तू धन है, तेरी लोई धन है, जिन्होंने एडा बड़ा कार्ज रच के देख दिता। सो कबीर कहिंदा वी इह कमाल दी गल है, कहिंदा मैं तां है नहीं सी, जो कहिंदे वी तू है क्यों नहीं सी, जुट्ठियां पत्तलां उहदी मां हलूण के कहिंदी तैं नहीं चक्कियां, मैं तैनूं बाहों फड़ के रोकिया सी तू ना चक, वह कहिंदा मैं नहीं सी। कहिंदे फिर इह की गल होई, कहिंदा इह तां उह गल होगी, राम कबीरा एक भै कोई ना सके पछाणी, भी परमात्मा प्रेम दे वस हो के वह ये सारे कार्ज भगतां दे करन वास्ते आ गया। भगत जी कहिंदे कबीर ना हम करे किया ना हम करेंगे, ना कर सके शरीर। भगत कबीर जी कहिंदे भई ना मैं कीता है, ना मैं कर सकदा जिहड़ा कुछ तुसीं दसदे हो, ना ये शरीर कर सकता है, ये मेरे बसों बाहर है। उस वेले आप जी ने यह तुक उच्चारण कीती, ना हम किया न करेंगे, ना हम किया न करेंगे, ना हम किया न करेंगे, ना हम किया न करेंगे। ना हम किया न करेंगे, ना हम किया न करेंगे, ना हम किया न करेंगे, ना हम किया न करेंगे। ना कर सके शरीर, ना हम किया न करेंगे, ना हम किया न करेंगे, ना कर सके शरीर, ना हम किया न करेंगे, ना हम किया न करेंगे। ना कर सके शरीर, न करेंगे, ना हम किया न करेंगे, ना कर सके शरीर, ना हम किया न करेंगे, ना हम किया न करेंगे। सो इस तरह करके भगत कबीर जी कहिंदे भाई कबीर ना हम किया ना हम करेंगे, ना कर सके शरीर, जो कुछ किया सो हर किया, भयो कबीर कबीर।
भी मेरा तो नाम ऐसे ही कही जाते ने भी सी मैं जे सोचा ना मैं ये कर सकता है ना मेरे च हिम्मत है ना मेरे शरीर जिन्ना टाइम है ये कर्म कर सकता है। सो इस तरह करके वो जिहड़ा उस भगत कबीर दे घर दे विच आके परमात्मा ने उहदा रूप धार लिया। तदई ओहे जे भगतां दी बाणी साहिब श्री गुरु ग्रंथ साहिब महाराज विच आई है भई जो वो प्रेम दे वस हुंदा है तो उस वेले सतसंग जी ये जिवें मावां दे पुत्तर दा प्यार हुंदा है इस तरह जे कोई किसी का पुत्र है कोई अग च हथ पाउंदा माँ उस वेले भजदी है कोई पानी विच डुब जावे तो उस वेले ये नहीं भी सारे किसी नूं कहणगे भी नौकर तो कढ़ा दे या होर इस तरह कर ला आप छाल मारदे ने। तो ऐसे तरह ही ये संबंध जिहड़ा है प्रभु दे प्यारियां दा माँ पुत्र वाला प्यार दस्सिया 15 भगतां दी बाणी साहिब श्री गुरु ग्रंथ साहिब महाराज दी गुरु ग्रंथ साहिब महाराज विच दर्ज है उन्हां नूं ही समर्पित जो ये अस्थान ते समागम चले ने। सो इसे तरह ही ये धारना पढ़ के समाप्ति बन्नी नूं वधदे आ। सारियां ने हुण कुछ समां होर हाजरी भरनी है ता करके कोई जिहड़े प्रेमी इधर उधर बैठे हो सारे आके पंडाल च एक मन हाजरी भरियो सुधारना च उच्ची सुर च बोलियो जिमें मामा नूने पुत्र प्यारे भगत प्यारे रब नू जिमें मामा नूने पुत्र प्यारे भगत प्यारे रब नू पुत्र प्यारे हाँ पुत्र प्यारे भगत प्यारे रब नू जिमें मामा नू ने पुत्र प्यारे भगत प्यारे रब नू जिमें मामा नू ने पुत्र प्यारे भगत प्यारे रब नू जिमें मामा नू ने पुत्र प्यारे भगत प्यारे रब सो सतसंग जी ऐसे तरह ही आप सारे ही कई दिनों तो लाभ उठा रहे से दस भी भावें पंज ग्रहियां नहीं गया। सो सरोवर की सेवा दे विच संगतां दे नाल लगे रहे। सो महाराज की कृपा दे नाल जिवें भगत कबीर जी दा लड़की दा शादी भगवान ने आप रूप बना के कीती है साढ़े इत्थे भगवान धन धन बाबा करम सिंह जी महाराज होती मरदान वाले धन धन बाबा अतर सिंह जी रेरू साहब वाले दोने हजूर पातशाह राणा साहब वाले संत महाराज ईसर सिंह जी धन धन संत महाराज किशन सिंह जी उन्हों तो वरसाए हुए संत महाराज रणजीत सिंह जी बरखत। सो उन्हों की छत्र छाया हेठ आप देखण नूं ही लगदे सी संगत च वरते ओह ने क्योंकि जो भी समान की जरूरत पैंदी सी नाल नाल आई गया किसी पासे अग्राही करन दी कोई लोड़ नहीं पई ना कीती है। सो ना जिन्नियां संप्रदवां आईयां सारियां दा सत्कार तय दिलों कीता है पर यह नहीं कहा भी आके तुसी इस चीज़ दे विच हिस्सा पाओ। जिहड़े इस
संस्था दे विच जिन्हां दा जन्म है या जिहड़े नाम बाणी नाल जुड़े हुए ने उही इंसान इहदे विच सेवा करदे ने, ना कि दूसरे आदमी तो कोई इहदे च कोई हिस्सा पवाया। उही आपदी श्रद्धा भावना दे नाल बेअंत सेवावां संगत ने कीतियां ने। जिहड़ी संगत अलग अलग जगह ते जुड़ी हुंदी है, ये महापुरशां दी कृपा दे नाल जिहड़ी इन्हां दे नाल नाम बाणी दे नाल जुड़े ने, क्योंकि महापुरशां दी संगत तां इही कहिंदी है भाई नाम जपो सेवा करो। हुण नाम जे असीं जपदे हाँ, असीं इह चीज़ देखणी है वी असीं लोकां दे विचार ज़्यादा करदे हाँ कि गुरु दे विचार ज़्यादा करदे हाँ। साडा मन टिकदा क्यों नहीं है, क्यों मतलब बुरियां आदतां च जांदा है। पहला बैखड़ी बाणी होंदी है, जीव दे नाल बोल के होंदा है, फिर सुरत नूं आस्ते आस्ते केंद्र कंठ ते कीता जांदा है। कंठ गल दे उत्ते सुरत नूं कोई बुल ना हिलगे, कोई बॉडी दा पार्ट ना हिले, इस सिमरन दी जिहड़ी दूजी जुगती आउंदी है, तीजी हिरदे चक्कर च आउंदी है। जदों हिरदे विच जांदा है त्यों त्यों इहनूं आपदे हिरदे विच इह हुंदा मेरी छाती विच महाराज जी बैठे ने, मैं आप भी इत्थे ही रहना है। एक इहनूं शरीर है जिहड़ा आपदा कमरे वांगू लगण लग जांदा, जिवें कमरा अलग हुंदा है रहण वाला अलग हुंदा है। जदों तुसीं इत्थे सिमरन करोगे तुहाडा शरीर अलग होवेगा, तुसीं आप सूक्ष्म शरीर दे विच अलग बैठे होवोगे। शरीर तुहानूं इह नहीं भासेगा भी मैं ही हाँ, तुसीं इह सोचोगे उतला कवर है जिहदे विच मैं बैठा, मैं होर हाँ शरीर होर है। सो इस करके जिहड़ा इसे तरह सिमरन करदे नाभी ते सुरत जांदी है, फिर वह जीव ते जे इंसान नाभी ते बंदा करदा है वह बंदा के फिर जीव ते आ जावे उहनू गलती है उहदी, जाना तां अगे नूं पिछे नूं आउंदा है। मेहनत करन विच इह नहीं है भी जिहड़ा जिहो जिही क्लास लैंदे आ वो क्लास के मुताबक कम करना पैंदा। कई बार मन आपदी स्कीम होर घड़ लैंदा है, मन के तरीके होर ने, जो मन की तरी स्कीम होर घड़ ली तो समझ लो मन इनू आस्ते आस्ते पाठ तो हटा भी देगा, भी दिन कर ले महीने कर लेगा अपने मन के नाल, क्योंकि सिरे नहीं निभदी होंगी। सो इस तरह करके ये जो सिमरन अंदर चल पाता है, एगती इतने गर्मी करके कमरे छोटे ने उन्हें हुमस बनती है, नहीं एकती संगत इत्थे काफ़ी जुड़ गई सी जिहड़ी हर मंगलवार नूं 12-12 घंटे लाउंदे सी, 24 घंटे भी लाउंदे सी। उहदे विच किवें किवें सिमरन करना है, पहलां 6 घंटिआं विच बहुत नौजवान जुड़ गए सी जिहदे विच उहनां नूं दस्सिआ जांदा। पहले दिन तां मैनूं 2 कु दिन कहिंदे जदों 6 घंटे 2 वारी लाए, दूसरे दिन कहिंदे साडा मन अक गिआ हुण नहीं असीं करदे। मैं तुसीं कोई गल नहीं फिर भी सच बोल गए ना, इह तां तरीका मैं दसना थोनों अगला, तुसी पर अपने आप नूं सिलंडर करो भी असी गल मननी है। उदों अगर 6 घंटे लवाउणा सानूं तरीका है, तुसी ओह जिहड़े मन तुहाडा भर गया हुण तुसी 1 घंटा सिमरन करना है, 1 घंटा सिमरन सेवा करनी है, 1 घंटा बैठक लाउणी है पूरी सिद्धी। दूजे घंटे दे विच फिर तुसी बैठ के जदों हथ चलणगे सेवा च, जिन्ना तुहाडा कमरे च बैठे धुन शब्द की चलदी सी प्रोपर चलो टुटे ना, रहो जिते मर्जी भावें डंगर सेवा करो भावें फुल गुडो, वो बैठक के बराबर ही कम हो जाना है। तो जो उन्होंने दसिया भी 1 घंटा इस तरह 1 घंटा, जो 6 घंटे उन्होंने लाए 3 क दिन कहते पता ही लगे भी 6 घंटे कदों पूरे होने लग गए। फिर उन्होंने कह भी हूँ इदों भी जुगती बदलो, हुण जिहड़ा 1 घंटा तुसीं बाहर निकलदे सी उह निकलना नहीं है, हुण तुसीं 2 घंटे लाओ, 2 घंटे ला के 25 मिनट की एक्सरसाइज है वो करो, 25 मिनट एक्सरसाइज करके जो तुहानूं पता लग गया बिल्कुल असीं फिर रिलैक्स हो गए, फिर तुसीं अद्धा घंटा जाप 1 घंटा सिमरन, उहदे विच फिर तुसीं टायर्ड हो गए एकदम समाधि तोड़ दो, फिर आ जाओ तुसीं एक्सरसाइज ते। पर 6 घंटे तुसीं दरवाजे तो बाहर नहीं निकलना, आपदी मर्जी ना पानी नहीं पीना,
अपनी मर्जी ना कोई खाना नहीं है, जिहड़ा टाइम नियत किया है वह टाइम पर, क्योंकि जे तुसी अपनी मर्जी ना पानी भी अज पी लिया ना, कल नूं पाठ करदे सोचोगे चल थोड़ा जिहा पानी पी लां, ख्याल तो उड़ गया। जिहड़ा बंदा पाठ करदा उहदा कदे ख्याल नहीं बाहर निकलदा हुंदा, इहदे विच तां करके टाइम नूं बंदूगिरी च पाया जांदा है भी तुसी जे चार घंटे मतले कुछ भी उहदे विच होवे तुसी नहीं उठना हुंदा। आस्ते आस्ते मन जिहड़े उह घटता घटदा है, वह बिल्कुल शांत हो जाएगा, मुड़ के जे तुसी पाठ करोगे वह इस तरह लगेगा। तो करके जो असी अंदर वड़ गए पाठ च, भावें तुसी लखां दी गिणती विच रहने हो, पाठ च फर्क नहीं पवेगा। जे तुसी अजे पाठ किया नहीं, जे तुसी दस बंदयां नूं भी मिले, दो बंदयां नाल भी सफ़र किते करिया गड्डी च बैठ के, तुहानूं रात नूं उहनां दी गल्लां ही सुस्ताउणगियां। किते दा लख बंदा नहीं अंदर वड़िया, किते दो बंदयां ने तुहाडा समां खराब कर दिता। उहदा भगत जी कबीर नूं कहा सी ना किसे टाइम भी तुसी मेले चलो, कहिंदा मैं नहीं जांदा। मेले तो आके पुछया भी भगत जी किन्ना रौनक सी, कहिंदा मैनू नहीं उत्थे लगी रौनक। उहदा कारण इह सी अंदरों जुड़े हुए सी। कबीर जय जय हो फिरियो कौतक ठौर ना ठाए, एक राम स्नेही वारा उजड़ मेरे पाए। कहिंदा मैनू तो उहदे कोल लगे उजाड़ सी, उह कहिंदे इहनां दा कट सी। कहिंदा नहीं नहीं मेरे भादरी कट, क्योंकि अंदर जुड़े हुए दे बंदे दा उहदा संसार विच ख्याल नहीं जांदा हुंदा। सो इहनूं पर मेहनत एकांत रह के करनी पैंदी है, जिते साडी कोई अख भी किसी चीज़ ते ना जावे। पहला अखां दे नाल, नासकां दे नाल, कन्नां दे नाल, जीभ दे नाल इहनां नूं वसी करना पैंदा है। जे तुसीं देखदे हो किसी चीज़ मोरी च खड़े देखदे हो, बाहर जिन्ने लोकां नूं देखोगे भावें कमरे च खड़े हो, सोचदा उहनां बारे रहे हो ना, यही गल्लां रोकणियां ने, बस सीखणियां ने। जे ये चीज़ां सीख गए मन शब्द दे विच जुड़ जाएगा, गुरु स्वरूप च जुड़ जाएगा, कदे हिलेगा नहीं। तां करके सतसंग जी आओ, ये बहुत बड़े महापुरखों की संपर्दा जिन्हों होती मरदान कहा जाता है। तो करके जिहड़ा भी ये आया श्रद्धा विश्वास के नाल वह भी संत भगती बन गया। नाम जपन वाले नूं संत भगत कहिंदे ने, होर की है। रोटियां तो दूजे भी खाने, रोटियां दूजे भी खाने, सुभाव तो डिपेंड है ना। सुभाव जिहे जिहे हो गए, सुभाव चंगा, नाम जपदे हो तुसीं, दो बजे उठते हो, हर वक्त उधर बिरती जोड़न दी, अगला कहिंदा भगत बंदा तां इह इस तरह दा। सो इह गल है। बाकी बेनती इह है, जिन्नी भी सरोवरां दी सेवा बाबा बचन सिंह जी आए उन्होंने साढ़े दिमाग च नहीं सी इत्थे बनाउण वास्ते, भाई मनजीत सिंह जमस्तपुरी इन्होंने कहा कहना महाराज भी इहदे नाल बनाओ। चलो बाबा बचन सिंह जी आए उन्होंने इत्थे, कहने नाल ही ठीक रहेगा दरबार दे। बाद दे विच चलो ये सारी चीज़ संगत दी रह ना बनी, फिर नाल नाल ही जिहड़ी नाल दी जमीन सी उहदे विच भी कई सिस्टम जे चल गए। वैसे रेट तो है नहीं, जे आपां सोचिए जिहड़ा असीं खरीदिया वो गुरु घर दी नाल लगदी दी मजबूरी, कल नूं जे कोई होटल भी बन जांदा फिर भी सानूं दिक्कत सी। पर चलो धन्नवाद है जिन्होंने उहदे विच गलत काम नूं हिस्सा लिता है। साडा तां भई आप ही कबीर बन के आऊगा, कदे काम करूगा ही, असीं तां कुछ कर नहीं सकते ना। असीं उहनां दे पैसे ते डिपेंड होए आ ना, असीं उहनां तों कदे ये चीज़ कही है भी सानूं ये चीज़ दा करो, क्योंकि साडा इत्थे कुछ है नहीं, असीं झाड़ू लाउण वाले हाँ। संत महाराज जी चरण पा के गए सी, उन्हां नूं राड़े साहिब वाले ने बचन सी कहिंदे तेरे अस्थान तिन बणनगे, ते उस हिसाब नाल इह जिहड़ा है तुहानूं सारा भुपिंदर सिंह बगीए वाला उहनूं भी कहिंदे हुंदे भाई नहिरां ते बणाउणा है, बीबी कुलदीप नूं भी कई वारी इहनूं भी कहिणा भी मेरा तीजा स्थान इक रहिंदा बणन वाला, बनाउणा मैं है पर बनाऊंगा उत्ते भी पता लगे भी राड़े वालिआं दा स्थान आ। कहिंदे राड़े वालिआं दे कपड़े जिहड़े चिट्टे पाए हुंदे ने, उहदा खद्दर मशहूर सी भी राड़े वाले होणगे जिहड़े इन्ने चिट्टे कपड़े पाउंदे ने, क्योंकि सफेद कपड़ा पुराने जमानिआं च खद्दर पाउंदे हुंदे। सो इसे तरह ही उहनां दे मन दी इच्छा, कई मैनूं पुछदे ने भी किहड़ा इंजीनियर लिआंदा है, इंजीनियर तां कोई भी नहीं लिआंदा, असीं गांह गांह कंधां बचाउंदे भी आह डिप्पी कंध उहदे नाल दी कढ़ती, उहने उह डिगण लगे दूजी कढ़ती, आह नक्शा बण गया। ते
ਐਵੇਂ ਜਿਵੇਂ ਜਿਹੜਾ ਇਹ ਸਰੋਵਰ ਦਾ ਸੀ ਪਹਿਲਾਂ ਪਿੱਛੇ ਬਣਾਉਣ ਲੱਗੇ, ਆਸਤੇ ਆਸਤੇ ਆ ਗਿਆ ਵੀ ਇਹਦੀ ਇੱਕ ਜਿਹੜਾ ਹੈ ਸਾਹਮਣੇ ਦਾ ਫਰੰਟ ਹੋ ਜਾਵੇਗਾ। ਪਹਿਲਾਂ ਨਕਸ਼ਾ ਕੋਈ ਨਹੀਂ ਬਣਿਆ, ਕੋਈ ਕਿਵੇਂ ਕਹਿੰਦਾ ਸੀ, ਪੁੱਛਦੇ ਹਰੇਕ ਨੂੰ ਸੀ। ਸੋ ਤਾਂ ਕਰਕੇ ਇਹ ਜਿਹੜਾ ਹੈ ਗੁਰੂ ਦੇ ਲੜ ਲੱਗ ਕੇ ਸਾਰਾ ਕੁਛ ਹੁੰਦਾ। ਮੈਂ ਇਹ ਬੇਨਤੀਆਂ ਤਾਂ ਕੀਤੀਆਂ ਨੇ, ਜਿਹੜੇ ਲੋਕ ਇੱਥੇ ਆਉਂਦੇ ਨੇ ਕਈ ਵਾਰੀ ਤੁਹਾਡੇ ਕੋਲ ਵੱਧਵੀਆਂ ਘੱਟਵੀਆਂ ਗੱਲਾਂ ਕਰ ਦਿੰਦੇ ਨੇ, ਪਰ ਉਹਨਾਂ ਦਾ ਮਤਲਬ ਕੁਛ ਨਹੀਂ ਹੁੰਦਾ। ਜੇ ਉਹ ਸੱਚੇ ਹੋਣ ਸਾਡੇ ਤੋਂ ਵੀ ਪੁੱਛ ਸਕਦੇ ਨੇ, ਇੱਥੇ ਉਹ ਪੁੱਛ ਨਹੀਂ ਸਕਦੇ, ਸਾਡੇ ਕੋਲ ਵੀ ਆਉਂਦੇ ਨੇ ਪਰ ਉਹ ਮਿਲਦੇ ਨੇ ਇਕੱਲੇ, ਵੀ ਸਾਡੇ ਪਤਾ ਵੀ ਨਾ ਕਿਸੇ ਨੂੰ ਲੱਗੇ। ਪਰ ਗੱਲਾਂ ਉਹਨਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਅੰਦਰੋਂ ਪ੍ਰੇਮ ਵਾਲੀਆਂ ਨਹੀਂ ਹੁੰਦੀਆਂ। ਪ੍ਰੇਮ ਤੋਂ ਬਗੈਰ ਇਹ ਵਸਤੂ ਕਿਸੇ ਨੂੰ ਜਾਂਦੀ ਨਹੀਂ ਹੁੰਦੀ। ਸੋ ਕਿਸੇ ਨੂੰ ਜੇ ਅਸੀਂ ਨੀਵਾਂ ਦਿਖਾਉਂਦੇ ਹਾਂ, ਸਾਡੇ ਨਾਲ ਨੀਵਾਂ ਦਿਖਾਏ ਤਾਂ ਦੂਜਾ ਨੀਵਾਂ ਨਹੀਂ ਹੋਣ ਲੱਗਿਆ, ਕਿਉਂਕਿ ਤਾਂ ਜਿਹੜੀ ਸੇਵਾ ਜੀ ਤੋਂ ਲੈਣੀ ਹੈ ਉਸ ਤੋਂ ਹੀ ਲੈਣੀ ਹੈ। ਤਾਂ ਕਰਕੇ ਜਿਹੜੀਆਂ ਸੰਗਤਾਂ ਅੱਗੇ ਵਾਸਤੋਂ ਸਾਡਾ ਇਹ ਧਿਆਨ ਹੋਵੇਗਾ। ਪਾਠੀ ਸਿੰਘ ਪਾਠ ਕਰਦੇ ਨੇ ਬੀਬੀਆਂ ਵਾਸਤੇ ਰਹਿਸ਼ ਨਹੀਂ, ਅਸੀਂ ਇਹਨੂੰ 6-7 ਸਤੰਬਰ ਦੇ ਪ੍ਰੋਗਰਾਮ ਤੋਂ ਬਾਅਦ ਇਹ ਚੀਜ਼ਾਂ ਸ਼ੁਰੂ ਕਰਾਂਗੇ। ਕੁਛ ਰਹਿਸ਼ ਨੂੰ ਪਾਠੀ ਸਿੰਘਾਂ ਦੇ ਬੀਬੀਆਂ ਵਾਸਤੇ ਹੋਰ ਕਮਰੇ ਚਾਹੀਦੇ ਜੋ, ਸੋ ਜਿਵੇਂ ਮਹਾਰਾਜ ਕਰਾਉਣਗੇ ਫਿਰ ਉਸ ਹਿਸਾਬ ਦਾ ਧਿਆਨ ਰੱਖਾਂਗੇ। ਬਾਕੀ ਜੇ ਦਾਸ ਤਕਰੀਬਨ ਇੱਥੇ ਹੀ ਹੈ 10-10 ਕੁ ਦਿਨ, ਕੁਛ ਪ੍ਰੋਗਰਾਮ ਉੱਧਰ ਨੇ ਸੰਪੂਰਨਾ ਨਗਰ ਸਾਈਡ, ਅਤੇ ਜਿਨ੍ਹਾਂ ਨੇ ਪਾਠ ਕਰਨਾ ਵੀ ਹੈ, ਕੁਛ ਪੁੱਛਣਾ ਪਾਠ ਬਾਰੇ, ਉਹ ਤੁਸੀਂ ਆਪਦਾ ਸਵੇਰੇ 10-11 ਦੇ ਵਿੱਚ ਪੁੱਛ ਸਕਦੇ ਹੋ। ਸੋ ਜਿੰਨੀ ਮਿਹਨਤ ਕਰ ਲਓਗੇ, ਪੁੱਛਣਾ ਤਾਂ ਉਸ ਵੇਲੇ ਹੀ ਹੁੰਦਾ ਜਦੋਂ ਕੰਮ ਕਰਨਾ ਹੁੰਦਾ, ਇਹ ਨਹੀਂ ਵੀ ਪੁੱਛ ਕੇ ਰੱਖ ਲਓ। ਪਾਠ ਇਹੋ ਜਿਹੀ ਚੀਜ਼ ਹੈ ਕਾਗਜ਼ 'ਤੇ ਲਿਖੀ ਹੋਈ ਕਦੇ ਯਾਦ ਨਹੀਂ ਰਹੇਗੀ, ਕਿਉਂਕਿ ਗੁਰਬਾਣੀ ਸਾਰੀ ਲਿਖੀ ਹੋਈ ਹੈ। ਇਹ ਜਿਉਂ ਜਿਉਂ ਪ੍ਰੇਮਬੱਧ ਹਿਰਦੇ 'ਤੇ ਲਿਖਿਆ ਜਾਂਦਾ, ਜਿਹਦੇ ਹਿਰਦੇ 'ਤੇ ਲਿਖ ਗਿਆ ਉਹ ਮੁੜ ਕੇ ਭੁੱਲਦਾ ਨਹੀਂ। ਸੋ ਆਓ ਸਤਸੰਗ ਜੀ, ਹੁਣ ਸਾਰੇ ਆਨੰਦ ਸਾਹਿਬ ਦੇ ਪਾਠ 'ਚ ਜੁੜੀਏ, ਅਤੇ ਉਸ ਤੋਂ ਬਾਅਦ ਗੁਰਸੋਤਰ ਵਿੱਚ ਗੱਜ ਵੱਜ ਕੇ ਬੋਲਿਓ ਅਰਦਾਸ ਹੁਕਮਨਾਮਾ। ਬੇਅੰਤ ਸੰਗਤਾਂ ਨਾਨਕ ਮਤੇ ਸਾਹਿਬ ਤੋਂ ਆਈਆਂ ਨੇ, ਅਤੇ ਹਰਦਾਸਪੁਰ ਤੋਂ, ਬਰੈਨੀ ਤੋਂ, ਸਤਾਰਗੰਜ ਤੋਂ, ਉੱਧਰੋਂ ਰੁਦਰਪੁਰੋਂ, ਇੱਧਰੋਂ ਵੀ ਜਿਹੜੇ ਯੂਪੀ ਦੇ ਵਿੱਚ ਸੰਪੂਰਨਾ ਨਗਰ ਵੱਲੋਂ ਪਲੀਆ ਸਾਈਡ ਮਲਾਨੀ, ਅਤੇ ਇੱਧਰੋਂ ਪਵਾਇਆ ਕੰਨੀ, ਕਾਫੀ ਦੂਰੋਂ ਦੂਰੋਂ ਸੰਗਤਾਂ ਸਾਰੀਆਂ ਬੱਸਾਂ ਆਪੋ ਆਪਣੇ ਸਰਾਬ 'ਤੇ ਲੈ ਕੇ ਆਏ ਨੇ। ਪੰਜਾਬ ਤੋਂ ਵੀ ਕਾਫੀ ਸੰਗਤ ਆਈ ਹੈ, ਪਠਾਨਕੋਟ ਤੋਂ ਸਪੈਸ਼ਲ ਉਦਘਾਟਨ ਦੇ ਦਿਵਸ 'ਤੇ। ਮੈਂ ਪਹਿਲਾਂ ਸੋਚਦਾ ਸੀ ਗਰਮੀ ਦੇ ਦਿਨ ਨੇ ਵੀ ਇੰਨਾ, ਚਲੋ ਥੋੜ੍ਹਾ ਪ੍ਰੋਗਰਾਮ ਕਰ ਲਾਂਗੇ, ਨਾਮ ਬੁਲਾਈਏ, ਪਰ ਸੰਗਤ ਪਿਆਰ ਦੀ ਵਜ੍ਹਾ ਆਪਦੇ ਆਪ ਆ ਗਈ। ਅਤੇ ਅਸੀਂ ਇਹ ਸੋਚਦੇ ਵੀ ਗਰਮੀ ਹੈ, ਵੀ ਗਰਮੀ ਦੇ ਵਿੱਚ ਬੜਾ ਔਖਾ, ਦੇਖੋ ਹੁਣ ਕੋਈ ਪੱਖਾ ਵੀ ਨਹੀਂ, ਇੱਧਰੋਂ ਹਵਾ ਕਿਵੇਂ ਆਉਂਦੀ ਹੈ, ਕੂਲਰ ਮੰਗੋ, ਜਿਵੇਂ ਸਰਦੀਆਂ 'ਚ ਬੈਠੇ ਹੁੰਦੇ ਹਾਂ। ਸੋ ਇਹ ਰੱਬ ਦੀਆਂ, ਰੱਬ ਜਾਣੇ ਜਬ ਲੱਗ ਮੈਂ, ਜਿੰਨਾ ਟਾਈਮ ਇਨਸਾਨ ਜਾਣਦਾ ਵੀ ਮੈਂ ਕੁਛ ਕਰਦਾ, ਉਨਾ ਟਾਈਮ ਇਸ ਨੂੰ ਕੋਈ ਨਾ ਕੋਈ ਅੜਚਣ ਪੈਂਦੀ ਰਹਿੰਦੀ ਹੈ। ਜਦੋਂ ਇਹ ਪਰਮਾਤਮਾ 'ਤੇ ਸੁੱਟ ਦਿੰਦਾ ਹੈ ਤਾਂ ਪਰਮਾਤਮਾ ਖੁਦ ਇਹਦੇ ਕਾਰਜ ਸੌਖੇ ਕਰ ਦਿੰਦਾ ਹੈ, ਜਿਵੇਂ ਭਗਤ ਕਬੀਰ ਦੇ ਸਾਰੇ ਕਾਰਜ ਕਰ ਦਿੱਤੇ। ਸੋ ਆਓ ਹੁਣ ਸਾਰੇ ਜਾਣੇ ਆਨੰਦ ਸਾਹਿਬ ਦੇ ਪਾਠ ਜੁੜੀਏ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ, ਆਨੰਦ ਪਿਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਰੀਆਂ, ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਇਆ, ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਂਭੇ ਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭ ਨੰਗਲਾ ਸਮਰਤ ਸੁਆਮੀ ਤੋ ਮਨ ਹੋ ਵਿਚਾਰੇ, ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।
साचे साहेवा क्या नहीं करते रहे करता तेरा सब कुछ है जिसे दुखावे चंदा दुख सला तेरी नाम मन बसाए नाम जिनका मन बसिया वाजे शब्द कने कहे नानक सच्चे साहेब क्या नहीं करते रहे सच्चा नाम मेरा आधारो सच्चा नाम मेरा आधारो सच नाम अंधार मेरा दिन भुखा सब गवाया अर्थात सुखमान आए बसिया विमिचा सब पुजाया सदा कुर्बान किता गुरवेटो सिद्धिया ए वडियाया सचा नाम मेरा आधारो बचे पंच शब्द कर शब्द पंच दूत दवास किते काल पंच कुआरिया तू कारण पाया तू चिन तुझे नाम हर के लागे कह नानक कैस को आत पर अनहद वाती आनंद सुनो भगता कियो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनिए सच्ची बात संत साजन भए संत पूरे गुरते जाने सुनते पुनीत कहते भए संत गुरे आदर पूरे निर्वंत नान गुर चरण लांगे वाजे अनतुर श्लोक पवन गुरु पाणी पिता माता चरत महात अंतिम सनात पिताई दया के संगल जागत चमियाया बुरे आया कर्मी आपू अपने के तेरे के दूर जिनी नाम ते आया गए मशक्कत काल नानक ते मुख अंजने केती छुट्टी नाल जिनी नाम ते आया गए मशक्कत काल नानक ते मुख अंजने केती छुट्टी नाल सत्संग जी ਜਿਹੜੇ ਉਦਘਾਟਨ ਦੇ ਸਰੂਪ ਬਣਾਏ ਸੀ ਸਾਰੇ ਸੰਗਤ ਨੂੰ ਦੇਣ ਵਾਸਤੇ ਇੱਧਰਲੇ ਪਾਸੇ ਸਾਰੇ ਉਹ ਰੱਖਾਂਗੇ ਸਾਰੀ ਸੰਗਤ ਲੈ ਕੇ ਜਾਏ ਉਹ ਘਰਾਂ 'ਚ ਲਾਉਣ ਵਾਸਤੇ ਦੂਸਰਾ ਇਹ ਵੀ ਜੇ ਘੱਟ ਵੀ ਗਏ ਤਾਂ ਉਹ ਇੱਕ ਦਿਨ 'ਚ ਫਿਰ ਆ ਜਾਣਗੇ ਪਰ ਉਹ ਸਾਰੀ ਸੰਗਤ ਨੂੰ ਦੇਣ ਵਾਸਤੇ ਕੋਈ ਸਿਸਟਮ ਜਿਹਾ ਨਹੀਂ ਬਣਿਆ ਇਹ ਇੱਥੇ ਸੰਗਤ ਖੜ੍ਹ ਜਾਵੇਗੀ ਉਹ ਆਪ ਨੂੰ ਦੇ ਹੀ ਜਾਣਗੇ ਲੈ ਕੇ ਤੁਸੀਂ ਅਹਮਦਾਬਾਦ ਦੇ ਵਿੱਚ ਚਲੇ ਜਾਇਓ ਸੋ ਘਰਾਂ 'ਚ ਰੱਖਣ ਵਾਸਤੇ ਉਹ ਇੱਕ ਚੀਜ਼ ਦਿੱਤੀ ਹੈ ਸੋ ਹੁਣ ਸਾਰੇ ਜਣੇ ਗੁਰਸੂਤਰ ਵਿੱਚ ਗਜ ਵੱਜ ਕੇ ਬੋਲੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਅਮਰਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ ਧੰਨ ਹੈ ਧੰਨ ਧੰਨ ਹੈ ਗੁਰੂ ਅਰਜਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ
धन है धन धन गुरु श्री हर कृष्ण जी धन है धन है धन है धन है गुरु श्री हर कृष्ण जी धन है धन है धन धन श्री भगवत सब धन है धन है धन है धन है गुरु श्री भगवत सब धन है गोविंद सिंह जी धन है धन है धन है धन है गुरु गोविंद सिंह जी धन है धन है धन धन है गुरु ग्रंथ साहिब जी धन है धन है धन है धन है गुरु ग्रंथ साहिब जी धन है धन है धन धन है तेरा पंथ खालसा धन है धन है धन है धन है तेरा पंथ खालसा धन है सत नाम श्री वाहिगुरु सत नाम श्री वाहिगुरु सत नाम श्री वाहिगुरु बोल सत नाम श्री वाहिगुरु बोल वाहिगुरु 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 बोल वाहिगुरु 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 बोल वाहिगुरु वाहिगुरु बोल तारिया तेरा प्यारा लगे गान बोल प्यारिया वाहिगुरु वाहिगुरु बोल प्यारिया तेरा प्यारा लगेगा बोल प्यारिया वाहिगुरु वाहिगुरु बोल प्यारिया तेरा मिठड़ा लगेगा बोल प्यारिया वाहिगुरु वाहिगुरु बोल प्यारिया तेरा मिठड़ा लगेगा बोल प्यारिया सत नाम श्री वाहिगुरु बोल 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 वाहिगुरु बोल कदे ना डोल 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 सत नाम श्री वाहिगुरु बोल 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 वाहेगुरु जी का खालसा वाहेगुरु जी की फतेह।